ਵਿੱਚ ਦਖਲ ਦੇਣ ਲੱਗਿਆ ਸੀ। ਇਹ 90 ਤੋਂ ਨੀਤੀਆਂ ਸ਼ੁਰੂ ਹੋਈਆਂ, 90 ਦੀ ਨੀਤੀਆਂ ਦਾ ਇੰਨਾ ਅਸਰ ਹੈ ਵੱਡੀ ਪੱਧਰ ਤੇ ਖੁਦਕਸ਼ੀਆਂ ਹੋਣ ਲੱਗ ਗਈਆਂ। ਫਿਰ ਜੇ ਉਹਨਾਂ ਨੂੰ ਪਤਾ ਸੀ ਵੀ ਉਹਨਾਂ ਨੀਤੀਆਂ ਦਾ ਇੰਨਾ ਮਾੜਾ ਅਸਰ ਹੋ ਗਿਆ, ਕਿਸਾਨਾਂ ਮਜ਼ਦੂਰਾਂ ਤੇ ਕਦੇ 70 ਰੁਪਏ ਸੀਗੇ, ਇਹਨਾਂ ਦੇ ਅੰਕੜੇ ਲੱਖਾਂ ਦੀ ਗਿਣਤੀ ਕਹਿੰਦੇ ਜਿਹੜੇ ਸਰਕਾਰੀ ਤੌਰ 'ਤੇ ਹੈ, ਉਦੋਂ ਕਈ ਗੁਣਾ ਵੱਧ ਖੁਦਕਸ਼ੀਆਂ। ਇਸ ਕਰਕੇ ਤਾਂ ਇਹਨੂੰ ਰੋਲਾ ਬੰਦ ਕਰਨਾ ਚਾਹੀਦਾ ਸੀਗਾ ਜੇ ਲੋਕਾਂ ਨਾਲ ਕੋਈ ਵੀ ਹਮਦਰਦੀ ਹੁੰਦੀ। ਇਸ ਕਰਕੇ ਜਿਹੜਾ ਕੋਈ ਸਰਕਾਰਾਂ 'ਤੇ ਜਾਂਦੇ ਹੈ ਉਹਨਾਂ ਨੂੰ ਕਾਰਪੋਰੇਟ ਘਰਾਣਿਆਂ ਦੀ ਹਮਦਰਦੀ ਹੈ, ਲੋਕਾਂ ਦੀ ਹਮਦਰਦੀ ਨਹੀਂ। ਹੁਣ 47 ਤੋਂ ਲੈ ਕੇ ਹੁਣ ਤੱਕਰ ਜਿੰਨੀਆਂ ਸਰਕਾਰਾਂ ਆਈਆਂ, ਇੱਕ ਸਿਮਰਤੀ ਰਾਣੀ ਦਾ ਬਿਆਨ ਆ ਰਿਹਾ ਕਿ 40 ਲੱਖ ਕਿਸਾਨਾਂ ਨੂੰ ਅਸੀਂ 6-6 ਹਜ਼ਾਰ ਰੁਪਇਆ ਭੇਜਿਆ ਉਹਨਾਂ ਦੇ ਅਕਾਊਂਟ ਵਿੱਚ, ਅਤੇ 90 ਲੱਖ ਕਿਸਾਨ ਇਸ ਵੇਲੇ ਕੰਮ ਖੇਤਾਂ 'ਚ ਕਰ ਰਹੇ ਆਪਣੇ ਘਰਾਂ 'ਚ ਬੈਠਾ। ਇਹ ਜਿੰਨੇ ਵੀ ਇੱਥੇ 1-2 ਲੱਖ ਕਿਸਾਨ ਆਣ ਕੇ ਬੈਠੇ ਆ, ਇਹ ਕਾਂਗਰਸ ਦੇ ਸਪੋਂਸਰਡ ਜਿਹੜੇ ਉੱਤੋਂ ਭੇਜੇ ਹੋਏ ਆ, ਉਹ ਕਿਸਾਨ ਬੈਠੇ, ਇਹਦੇ ਬਾਰੇ ਤੁਹਾਡਾ ਕੀ ਕਹਿਣਾ ਹੈ? ਦੇਖੋ, ਇੱਕ ਤਾਂ ਉਹਨਾਂ ਨੂੰ ਫੈਸਲਾ ਕਰਨਾ ਵੀ ਹੈ ਕੀ ਨੇ, ਉਹ ਬਹੁਤ ਕੁਛ ਕਹਿੰਦੇ ਨੇ, ਨਕਸਲੀ ਕਹਿੰਦੇ ਨੇ, ਖੱਬੇ ਪੱਖੀਏ ਕਹਿੰਦੇ ਨੇ, ਵਿਰੋਧੀ ਧਿਰ ਦੇ ਉਸਕਾਏ ਕਹਿੰਦੇ ਨੇ, ਖਾਲਿਸਤਾਨੀ ਕਹਿੰਦੇ ਨੇ, ਵਿਚੋਲੀਆਂ ਵਾਲੇ ਕਹਿੰਦੇ ਨੇ। ਹੁਣ ਉਹਨਾਂ ਨੂੰ ਪੱਕਾ ਸਪਸ਼ਟਤਾ ਕਰਨ ਹੈ ਕੀ ਨੇ, ਤਾਂ ਫਿਰ ਅਸੀਂ ਉਹਦੇ ਹਿਸਾਬ ਨਾਲ ਜਵਾਬ ਦੇਵਾਂਗੇ ਵੀ ਹੈ ਕੀ ਹੈ। ਤਾਂ ਇਹ ਤਾਂ ਰਾਜਨੀਤੀ ਵਿੱਚ ਅੰਦੋਲਨ ਨੂੰ ਬਦਨਾਮ ਕਰਨ ਲਈ ਜੋ ਕੁਛ ਨਾ ਕੁਛ ਲਗਾਤਾਰ ਸਜੋਨ ਤੱਕ ਤੇ ਭਾਜਪਾ ਦੀ ਇੱਕ ਨੀਤੀ ਰਹੀ ਆ, ਲਗਾਤਾਰ ਉਹ ਇਹ ਅਟੈਕ ਕਰਦੀ ਰਹੀ ਅੰਦੋਲਨ 'ਤੇ, ਅਤੇ ਇਹ ਨੀਤੀ ਤਹਿਤ ਹੀ ਬਿਆਨ ਆ ਰਹੇ ਨੇ। ਤਾਂ ਜਿਹੜਾ ਉਹ ਕਹਿੰਦੇ ਨੇ ਅਸੀਂ ਇੰਨੇ ਪੈਸੇ ਪਾਉਂਦੇ, ਇਹ ਵੀ ਪਿਛਲੇ 2-3 ਸਾਲਾਂ ਤੋਂ ਚੱਲਦਾ ਆ ਰਿਹਾ ਵਾ। ਤਾਂ ਉਹ ਸਿਰਫ ਅੰਦੋਲਨ ਦਾ ਧਿਆਨ ਜਿਹੜਾ ਪ੍ਰਚਾਰ ਮਾਧਿਅਮਾਂ 'ਚ ਕਨਵਰਟ ਦੂਜੇ ਬੰਨੇ ਕਰ ਲਈ, ਇਹ ਚੀਜ਼ਾਂ ਕਹਿੰਦੇ ਰਹਿੰਦੇ ਨੇ, ਇਹਦਾ ਕੋਈ ਅਰਥ ਨਹੀਂ ਹੈ। ਮੈਂ ਰਾਹ ਸਾਹਿਬ, ਜਿਸ ਤਰ੍ਹਾਂ ਉਸ ਦਿਨ ਅਮਿਤ ਸ਼ਾਹ ਨੇ ਮੀਟਿੰਗ ਸੱਦੀ ਅਤੇ ਤੁਹਾਡੀ ਜਥੇਬੰਦੀ ਨੂੰ ਉਸ ਵਿੱਚ ਸੱਦਾ ਨਹੀਂ ਭੇਜਿਆ, ਕੋਈ ਇੱਦਾਂ ਦਾ ਆਪਾਂ ਜਥੇਬੰਦੀਆਂ ਨਾਲ ਰਲ ਕੇ ਕੋਈ ਪਲੇਟਫਾਰਮ ਤਿਆਰ ਕੀਤਾ ਕਿ ਪਤਾ ਲੱਗ ਜਾਵੇ ਵੀ ਇਹ ਸਾਰੇ ਜਥੇਬੰਦੀਆਂ ਨੂੰ ਸੁਨੇਹਾ ਆ ਚੁੱਕਾ, ਤਾਂ ਕਿ ਕੋਈ ਪੱਟ ਉਧਾੜ ਵਾਲਾ ਜਿਹੜਾ ਮਾਹੌਲ ਇੱਦਾਂ ਦਾ ਨਾ ਬਣੇ? ਸਾਡਾ ਤਾਲਮੇਲ ਆ ਉਹਨਾਂ ਨਾਲ, ਜੇ ਕਿਤੇ ਮਾੜੇ ਮੋਟੇ ਫਰਕ ਰਹਿ ਜਾਂਦੇ, ਕਈ ਵਾਰੀ ਅੰਦਰਲੇ ਮਸਲੇ ਇਹ ਵਿਚਾਰ ਲੈਂਦੇ ਹੁੰਦੇ ਹਾਂ ਅਸੀਂ, ਉਹਨਾਂ ਨਾਲ ਸਾਡਾ ਤਾਲਮੇਲ ਰਹਿੰਦੇ ਹਾਂ, ਤਾਲਮੇਲ ਕਰਨ ਦੀ ਕੋਸ਼ਿਸ਼ ਕਰਦੇ ਹਾਂ ਆਪਦਾ। ਜੇ ਕੋਈ ਇਸ ਕਿਸਮ ਦੀ ਗੱਲ ਹੁੰਦੀ ਹੈ, ਜਿਵੇਂ ਸਾਨੂੰ ਵੀ ਪਹਿਲਾਂ ਅਮਿਤ ਸ਼ਾਹ ਦਾ ਫੋਨ ਆਇਆ, ਅਸੀਂ ਆਪਣੀ ਜਥੇਬੰਦੀ 'ਚ ਵਿਚਾਰਿਆ, ਉਹਨਾਂ ਨੂੰ ਵੀ ਦੱਸਿਆ, ਉਹ ਕੋਈ ਨਹੀਂ ਗੱਲ ਇਹੋ ਜਿਹੀ ਹੋ ਜਾਂਦੀ ਹੈ, ਕੋਈ ਫਰਕ ਵਾਲੀ ਗੱਲ ਹੈ ਨਹੀਂ। ਅਸੀਂ ਜਾਨੀ ਇਕੱਠੇ ਹਾਂ ਸਾਰੇ, ਇੱਕ ਆਵਾਜ਼ ਹੈ, ਸਾਰੇ ਲੜ ਰਹੇ ਹਾਂ ਆਪਣੇ ਤਰੀਕੇ ਨਾਲ, ਮੋਰਚੇ ਮੱਲੇ ਹੋਏ ਨੇ, ਸਾਰੇ ਦਿੱਲੀ 'ਚ ਆਏ ਹੋਏ ਨੇ, ਕਾਨੂੰਨਾਂ ਦੇ ਖਿਲਾਫ ਆਏ ਹੋਏ ਨੇ, ਅਤੇ ਕੋਈ ਗੱਲ ਨਹੀਂ, ਕੋਈ ਫਰਕ ਮਾੜੇ। ਜਿਹੜੀ ਅੱਜ ਦੀ ਪ੍ਰੈਸ ਕਾਨਫਰੰਸ ਕਰਨ ਦਾ ਜਿਹੜਾ ਖਾਸ ਤੁਹਾਡਾ ਮਕਸਦ ਸੀ, ਹੁਣ ਮਤਲਬ ਕਿ ਤੁਹਾਡੀਆਂ ਆਪਸ ਦੇ ਵਿੱਚ ਦੋਨੋਂ ਪਾਸੇ ਜਿਹੜੀਆਂ ਸਟੇਜਾਂ ਸਾਂਝੀਆਂ ਹੋਣਗੀਆਂ, ਕੀ ਸਾਡਾ ਪਹਿਲਾਂ ਵੀ ਬਿਹਤਰ ਤਾਲਮੇਲ ਹੈ, ਅਸੀਂ ਬਹੁਤ ਲੰਬੇ ਸਮੇਂ ਤੋਂ ਸੰਘਰਸ਼ ਲੜ ਰਹੇ ਹਾਂ ਦੂਜਿਆਂ ਨਾਲ, ਉਹ ਦੂਜਿਆਂ ਨਾਲ ਵੀ ਤਾਲਮੇਲ ਚੱਲ ਰਿਹਾ ਸਾਡਾ ਆਪਸ ਵਿੱਚ, ਬਿਹਤਰ ਤਾਲਮੇਲ ਦੀ ਖਾਤਰ ਪ੍ਰੈਸ ਕਾਨਫਰੰਸ ਕੀਤੀ ਆਪਦਾ ਇੱਕ ਦੂਜੇ ਨਾਲ। ਅਸੀਂ ਸਰਦਾਰ ਜਗਿੰਦਰ ਸਿੰਘ ਅਗਰਾਹਾਂ ਨੂੰ ਸਿੰਘੂ ਬਾਰਡਰ ਵਾਲੀ ਸਟੇਜ 'ਤੇ ਕਦੋਂ ਦੇਖਾਂਗੇ? ਦੇਖੋ, ਜਿਹੜੀ ਆ ਗੱਲ ਕੋਈ ਆ ਜਾਂਦੀ ਹੈ ਨਾ ਵੀ ਕੌਣ ਕਿਹੜੀ ਸਟੇਜ 'ਤੇ ਹੈ, ਸਾਡੀਆਂ ਇੱਥੇ ਇਕੱਲੀਆਂ ਗ੍ਰਾਹਾਂ ਵਾਲੇ ਦੀਆਂ 7 ਸਟੇਜਾਂ ਲੱਗਦੀਆਂ, ਇਹਦਾ ਮਤਲਬ ਗ੍ਰਾਹਾਂ ਵਾਲੀ ਜਥੇ ਉਹਨੀ 7 'ਤੇ ਹੋਗੀ। ਜੇ ਹੁਣ ਵੀ ਅਸੀਂ ਇੱਥੇ ਬੈਠੇ ਹਾਂ ਸਾਰੀਆਂ ਜਥੇਬੰਦੀਆਂ, ਜੇ ਪੰਜਾਬ 'ਚ ਕਹਿਣਾ ਹੋਵੇ ਸੈਂਕੜੇ ਥਾਂ ਬੈਠੀਆਂ, ਇੱਕ ਇੱਕ ਜਥੇਬੰਦੀ ਅਸੀਂ ਪੰਜਾਬ 'ਚ 42 ਥਾਂ 'ਤੇ ਬੈਠੇ ਹਾਂ, ਇਹਦਾ ਮਤਲਬ ਕਿ ਅਸੀਂ ਪੰਜਾਬ 'ਚ 42 ਥਾਂ ਹੀ ਹੋ ਗਏ, ਜਾਂ ਸਾਰੀਆਂ ਰਲ ਕੇ 100-200 'ਤੇ ਬੈਠੀਆਂ, ਕਿ ਸਾਰੀਆਂ ਜਥੇਬੰਦੀਆਂ ਐਂ ਪੜ ਕੇ 100-200 'ਤੇ ਹੋ ਗਈਆਂ। ਜਾਣੀ ਕੋਈ ਭੁੱਲ ਜਿਹੜੇ ਅੰਦੋਲਨ 'ਚ ਕਿਵੇਂ ਚੱਲਦਾ, ਇੱਕ ਸਟੇਜ 'ਤੇ ਸਾਰੀਆਂ ਦੀ ਜੇ ਕਹੇ ਵੀ ਇੱਕ ਸਟੇਜ ਸਾਂਝੀ ਲੱਗ ਜੂ, ਇਹ ਉਵੇਂ ਸੰਭਵ ਹੈ ਨਹੀਂ। ਨਹੀਂ, ਮੈਂ ਦਿੰਦਾ ਤੁਹਾਡੇ ਸਵਾਲ ਦਾ, ਕੱਲ੍ਹ ਨੂੰ ਤੁਸੀਂ ਮੈਨੂੰ ਜੇ ਦੇਖਣਾ ਚਾਹੁੰਦਾ ਤਾਂ ਮਤਲਬ ਕੁੰਡਲੀ 'ਤੇ ਦੇਖ ਲਓ, ਭਾਜੀ ਹੋਰਾਂ ਦੀ ਸਟੇਜ 'ਤੇ, ਉੱਥੇ ਮੈਂ ਦੇਖੂੰਗਾ ਤੁਹਾਨੂੰ, ਠੀਕ, ਕਿਉਂਕਿ ਕੱਲ੍ਹ ਨੂੰ ਸਾਡੀ ਪ੍ਰੈਸ ਕਾਨਫਰੰਸ ਹੈ ਉੱਥੇ, ਅਸੀਂ ਪ੍ਰੈਸ ਕਾਨਫਰੰਸ ਤੋਂ ਪਹਿਲਾਂ ਜਾਵਾਂਗੇ, ਟਾਈਮ ਕੱਢ ਕੇ ਜਾਵਾਂਗੇ, ਇਹਨਾਂ ਦੀ ਸਟੇਜ 'ਤੇ ਅਸੀਂ ਜ਼ਰੂਰ ਬੋਲਾਂਗੇ। ਜੇ ਤੁਸੀਂ ਵੱਖਰਾ ਕੁਛ ਦੇਖਣਾ ਚਾਹੁੰਦੇ ਹੋ ਉਹ ਦਿਖਾ ਦਾਂਗੇ। ਨਹੀਂ, ਪਰ ਫਿਰ ਸਿੰਘੂ ਵਾਲੀ ਸਟੇਜ ਤੋਂ ਵੀ ਬਚਾ ਕਰ ਸਿੰਘੂ ਵਾਲੀ ਉੱਥੇ, ਦੇਖੋ ਜਿਹੜੀ ਸਿੰਘੂ ਵਾਲੀ ਸਟੇਜ ਹੈ, ਅਸੀਂ ਅੱਜ ਤੱਕ ਮਤਲਬ ਉਹਨਾਂ ਨਾਲ ਕਦੇ ਨਾ ਉਹਨਾਂ ਮੰਗ ਕੀਤੀ ਹੈ, ਨਾ ਅਸੀਂ ਕਦੇ ਜਬਰੀ ਜਾਣ ਦੀ ਕੋਸ਼ਿਸ਼ ਕੀਤੀ। ਜੇ ਉਹ ਮੰਗ ਕਰਦੇ ਆ ਵੀ ਤੁਸੀਂ ਸਾਡੀ ਸਟੇਜ ਤੋਂ ਬੋਲੋ, ਫਿਰ ਤਾਂ ਵਿਚਾਰੀ ਜਾ ਸਕਦੀ ਹੈ। ਹੁਣ ਤੁਸੀਂ ਸਾਨੂੰ ਬੁਲਾਉਂਦੇ ਤਾਂ ਹੈ ਨਹੀਂ, ਮਤਲਬ ਇਹ ਵੀ ਉਹਨਾਂ ਨੇ ਮੰਗ ਨਹੀਂ ਕੀਤੀ, ਇਹ ਨਹੀਂ ਵੀ ਉਹਨਾਂ ਦੀਆਂ ਭਾਵਨਾਵਾਂ 'ਚ ਕੋਈ ਫਰਕ ਹੋਊਗਾ, ਸਾਨੂੰ ਨਹੀਂ ਸ਼ੱਕ ਹੈ ਲੱਗਦਾ। ਉਹਨਾਂ ਦੇ ਜਥੇਬੰਦੀਆਂ ਦੇ ਵਿੱਚ ਪਹਿਲੀ ਉਹਨਾਂ ਦੀ ਗਿਣਤੀ ਬੜੀ ਹੈ, ਉਹਨਾਂ ਕੋਲ ਟਾਈਮ ਟੂ ਦੀ ਸਮੱਸਿਆ ਹੋ ਸਕਦੀ ਹੈ, ਕੋਈ ਮਜਬੂਰੀ ਹੋਰ ਹੋ ਸਕਦੀ ਹੈ, ਉਹ ਸਾਡਾ ਚੱਲ ਰਿਹਾ ਉਹਨਾਂ ਨਾਲ ਗੱਲਬਾਤ ਦਾ ਰੁਝਾਨ ਚੱਲ ਰਿਹਾ ਚਾਰੇ ਪਾਸਿਓਂ, ਇੱਧਰ ਭਾਜੀ ਹੋਰਾਂ ਦਾ ਵੀ ਚਲਾਇਆ ਹੋਇਆ, ਸਾਡਾ ਆਪਸ ਵਿੱਚ ਵੀ ਚੱਲਦਾ, ਸਾਰੇ ਪਾਸੇ ਅਸੀਂ ਇਹ ਤਾਲਮੇਲ ਤਾਂ ਬਣਾਉਣਾ ਚਾਹੁੰਦੇ ਹਾਂ ਵੀ ਕੋਈ ਇਸ ਤਰ੍ਹਾਂ ਦਾ ਕੋਈ ਵਖਰੇਵੇਂ ਵਾਲੀ ਗੱਲ ਨਾ ਦਿੱਤੀ, ਉਹ ਚੋਟ ਨਿਸ਼ਾਨੇ 'ਤੇ ਬੱਚੇ ਸਾਰੇ ਕਾਨੂੰਨਾਂ ਦਾ ਰਲ ਕੇ ਵਿਰੋਧ ਕਰੀਏ, ਇਹ ਇਹਦੇ 'ਤੇ ਸਾਰੀ ਇਕਜੁੱਟਤਾ ਸਾਡੀ ਹੈਗੀ ਹੈ, ਯਾਨੀ ਘੱਟੋ ਘੱਟ ਪ੍ਰੋਗਰਾਮ 'ਤੇ ਸਹਿਮਤੀ ਸਾਡੀ ਹੈਗੀ ਹੈ, ਬਾਕੀ ਛੋਟੀਆਂ ਮੋਟੀਆਂ ਗੱਲਾਂ ਤਾਲਮੇਲ ਚੱਲਦਾ ਸਾਡਾ। ਜਿਹੜੇ ਲੋਕ ਹੁਣ ਤੱਕ ਜਿਨ੍ਹਾਂ ਦੀ ਜਾਨ ਚਲੀ ਗਈ ਇਸ ਘਟਨਾ 'ਚ,
देखो साडा हुण तक साडी जथेबंदी दा जिहा जा साडा दायरा घेरा है जिड्डा साडा कद होता सिंघू वाले की उन्होंने बनाई है प्लैन ये उन्हां दी प्लैन बनाई हो क्योंकि उस स्टेज का 30-31 जथेबंदियां दी स्टेज है उत्थे मदद दा जां पैसे दा किहो जिहा हिसाब किताब है सानूं नहीं पता। असीं तां जो भी कंपोजिशन लैंदे सरकार कोलों लैंदे आ पहलां कि लैंदे लड़के लैंदे हुण तक असीं तकरीबन 10-10 लाख रुपया लैंदे रहे हैं उन्होंने जे कि नहीं मतलब उन्होंने सरकार देता अड़के भी लेंदे रहे जानी असी तो सरकार तो ही जो कुछ रियायत लैनी है वो सरकार तो ही लैनी है साढ़े को आपके कोल बजट नहीं है जिड़ी असी जथेबंदियों वाले किसी परिवार की मदद कर दीए ऊँ सू ऑफर आदि ने कोई NRA भी कर देता मदद कोई से अपना GNO वाले भी मदद कर देंगे जब कोई भैन भरा कोई कलाकार है ऐसे वो परिवार की मदद कर आता है खुली है जिंद मर्जी थोड़े को भी कोई जाके मदद कर सकता किसी परिवार ना किसी नेता बन गई वो इस तरह की मैं लगता भी साढ़े वाली भी नाल ही है सिंघू कुंडली तो सेम टू सेम माहौल आ मैं नहीं लगता जो लोग आ रहे हैं उन्होंने हाँ मैनू नहीं लगता कोई फर्क लोग समझते हैं हाँ यदि दूरी जरूर दूर आ इतने उपड़ना उपड़ना औखा उसका उवें कोई फर्क नहीं लगता जोड़ा को आता खुल देल के वह नहीं वेखता भी उन्होंने नाव का भी नहीं पता भी ऐना हों के आता ए ही आते भी चलो तुम डटे रहो तो दसो की चाहिए मतलब ए नहीं है किसी संघर्ष मेला कहना ये सू लगता वाली गल ठीक नहीं इंसाफ नहीं उन्होंने सारे लोग संघर्ष चाहे संघर्ष करद लौड़ है देखो लंगर दया भी लौड़ है जे इन्नी ठंड है वो खातर मतलब पाले तो बचन दया भी लौड़ा है कौन कितने कि लंगर तो कितने करते जैसे कहने हरियाणा के 3 लंगर लाए हुए इतने गाह परले पास जा वड़ो कोई गुरुद्वारे का लंगर चली जाता है जिन्ना यह लम्मा हो गया वो आपके लंगर भी चली जाते हैं देखो ये माहौल है जोड़ा इनू मेला कहना ये इंसाफ नहीं है क्या संघर्षी लोग बैठे है इतने जो लोड़ा है आप ही पूरा कर रहे हैं सारे लोग वही पद्धर से कहना देशों विदेशों तो लोड़ा पूरी करने वास्ते आए हुए लोग हो गई एक अपना साड़ी बेनती है भी कल असी जथेबंदियों वालों साढ़े 3 बजे सिंघू बार्डर से सिंघू कुंडली उत्थे इन्हें अपने किसान मजदूर संघर्ष कमेटी की स्टेज के नेड़े कॉन्फ्रेंस बेनती करते हैं भी तुम उ दर्शन